तेरी रहमतों का दरिया आजा, 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 तेरी रहमतों का दरिया सरे आम चल रहा मुझे भीख मिल रही है ख्वाजा से, मुझे भीख मिल रही है ख्वाजा से, मुझे भीख मिल रही है तो मेरा काम चल रहा
फजले थे पयंबर सवाल की आल है इंसानी को तू मिल जाए ये मुमकिन नहीं अपने इंसान को तू मिल जाए ये मुमकिन नहीं जिस
ہر شان میں موجود ہے تو اللہ جل شان Oh,
मोहम्मद सरवर आलम पाक मोहम्मद सरवर आलम भोला 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 पाक मोहम्मद सरवर आलम मोहम्मद सरवर आलम मोहम्मद सरवर आलम तेरी पहचान अल्लाह जल्ले शान अल्लाह जल्ले शान अल्लाह जल्ले शान I'm
ਤਸ਼ਰੀਫ ਲੈ ਕੇ ਆ ਰਹੇ ਹਨ ਉਹਨਾਂ ਨੂੰ ਗੁਜ਼ਾਰਿਸ਼ ਹੈ ਡਰਾਈ ਮਿਹਰਬਾਨੀ ਮਹਿਫਲ ਦੇ ਵਿੱਚ ਬੈਠੋ ਨਹੀਂ ਕਿਉਂਕਿ ਲਾ ਹਜ਼ਰਤ ਮੌਲਾ ਮਸ਼ਕੂ ਪੁੱਛਾ ਉਹਨਾਂ ਦਾ ਕਲਾਮ ਕਿਉਂਕਿ ਬੈਠੋ ਸਰਕਾਰ ਬੈਠੋ ਤਸ਼ਰੀਫ ਰੱਖੋ ਕਿ ਮੈਂ ਤਾਂ ਇਹਦੇ ਸ਼ੁਕਰੀਆ ਅਦਾ ਕਰਦਾ ਮੈਂ ਮਾਣਕ ਕਾਲੀ ਆਪ ਸਭ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਹਜ਼ੂਰ ਤਵੱਜੋ ਚਾਹੂੰਗਾ ਬਾਬਾ ਜੀ ਹਜ਼ੂਰ ਨੇ ਇੱਕ ਹੀ ਹੱਜ ਕੀਤਾ ਹਜ਼ੂਰ ਨੇ ਸੱਲੱਲਾਹੁ ਅਲੈਹਿ ਵਸੱਲਮ ਆਪ ਨੇ ਇੱਕ ਹੱਜ ਕੀਤਾ ਜਿਸ ਵਕਤ ਹੱਜ ਕਰਕੇ ਬਾਹਰ ਹੱਜ ਕਰਕੇ ਆ ਰਹੇ ਨੇ ਰਸਤੇ ਦੇ ਵਿੱਚ ਗੁੱਬੇ ਫਕੀਰ ਮੈਦਾਨ ਆ ਗਿਆ
ਹੱਕ ਨੇ ਫਰਮਾਇਆ, ਅੱਲਾ ਨੇ ਫਰਮਾਇਆ, ਐ ਮੇਰੇ ਮਹਿਬੂਬ, ਐ ਮੇਰੇ ਪਿਆਰੇ, ਜੋ ਤੁਝ ਪੇ ਵਾਜਿਬ ਥਾ ਵੋ ਕਰ ਚੁੱਕਾ, ਜੋ ਤੁਝ ਪੇ ਵਾਜਿਬ ਥਾ ਵੋ ਕਰ ਚੁੱਕਾ ਹੈ ਤੂੰ। ਔਰ ਨਜ਼ਰ ਲੈ ਕੇ ਆਪਨੇ ਮੈਂਬਰ ਤਿਆਰ ਕੀਤਾ, ਅੱਲਾ ਦੇ ਫਰਮਾਨ ਹੁਕਮ ਅਨੁਸਾਰ ਮੈਂਬਰ ਤਿਆਰ ਕਰ ਲਿਆ। 1,24,000 ਹਿਸਾਬਾਂ ਨਾਲ ਆਪ ਮੈਂ ਤਵੱਜੋ ਚਾਹੂੰਗਾ ਜਿੰਨੇ ਕੀ, ਕਿਉਂਕਿ ਇਹ ਗੱਲ ਬੜੀ ਪਾਏਦਾਰ ਗੱਲ ਹੈ। ਜੇ ਏਦਾਂ ਹੀ ਲੰਘ ਜਾਵੇ ਫਿਰ ਫਾਇਦਾ ਕੀ ਹੈ ਸਾਡਾ, ਕਿਉਂ ਜੀ? ਆਪ ਕਿ ਐ ਮੁਹੰਮਦ ਆਜ ਐਲਾਨ ਕਰਦੇ ਗਦੀਰ ਕੀ ਸ਼ਾਨ ਅਤਿੰਨ ਇੱਧਰ ਕੇ ਨਾਮ ਕਰਦੇ। 1,24,000 ਹਿਸਾਬਤ ਵਿੱਚੋਂ ਆਪਨੇ ਹਜ਼ਰਤ ਮੌਲਾ ਮੁਸ਼ਕਿਲ ਕੁਸ਼ਾ ਨੂੰ ਬੁਲਾਇਆ, ਆਪ ਦਾ ਹੱਥ ਫੜ ਕੇ ਨਾਰਾ ਬੁਲੰਦ ਕੀਤਾ ਕਿ ਜਿਸ ਜਿਸ ਦਾ ਮੈਂ ਮੌਲਾ ਉਸ ਉਸ ਦਾ ਅਲੀ ਮੌਲਾ। 1,24,000 ਹਿਸਾਬਾ ਫਰਮਾਉਂਦੇ ਨੇ, ਕੀ ਕਹਿੰਦੇ ਨੇ? ਅੱਜ ਮੁੱਕ ਗਿਆ ਰੌਲਾਏ, ਅੱਜ ਮੁੱਕ ਗਿਆ ਰੌਲਾਏ, ਅੱਜ ਮੁੱਕ ਗਿਆ ਰੌਲਾਏ। ਆਖਿਆ ਪਾਕ ਨਬੀ, ਆਖਿਆ ਪਾਕ ਨਬੀ, ਅਜੀ ਸਭ ਦਾ ਬਾਲਾ ਹੈ। ਆਖਿਆ ਪਾਕ ਨਬੀ, ਅਜੀ ਸਭ ਦਾ ਬਾਲਾ ਹੈ। ਆਖਿਆ ਪਾਕ ਨਬੀ, ਅਜੀ ਸਭ ਦਾ ਬਾਲਾ ਹੈ। ਅੱਜ ਮੁੱਕ ਗਿਆ ਰੌਲਾ ਏ, ਆਖਿਆ ਪਾਕ ਨਬੀ।
ਮਸਰੂਫੀਅਤ ਹੈ ਥੋੜ੍ਹੀ ਜਿਹੀ ਮੇਰੀ, ਪਰ ਧਿਆਨ ਵੀ ਇੱਧਰ ਦਿਓ ਬੜੀ ਮਿਹਰਬਾਨੀ। ਮੰਜ਼ਿਲ ਐਵੇਂ ਨਹੀਂ ਗੌਸੋ ਤੋਂ ਮਿਲ ਜਾਂਦੀ, ਆਪਣਾ ਆਪ ਮਿਟਾਇਓ ਬਣਦੀ, ਪਾਕ ਨਬੀ ਅੱਜ ਸਭ ਦਾ ਬੋਲੇ,
ਆਪਣੇ ਹੱਥ ਫੜ ਕੇ ਮੌਲਾ ਮੁਸ਼ਕਿਲ ਪਛਾਣ ਨੂੰ ਕਿਹਾ ਕਿ ਜਿਸ ਜਿਸ ਦਾ ਮੈਂ ਮੌਲਾ ਉਸ ਉਸਤਾ ਨੀ ਮੌਲਾ ਹੱਥ ਫੜ ਕੇ ਨਬੀ ਨੇ ਆਖਿਆ ਏ ਹੈ।
ਹਲੇ ਰੰਗਣ ਵਾਲੇ ਜੀ ਰੋਹਿਤ ਬੋਲਦਾ ਜੀ ਗੱਲ ਕਰ ਰਿਹਾ ਰੰਗਣ ਵਾਲੇ ਜੀ ਜਿਹਨਾਂ ਨੇ ਰੰਗਿਆ ਤੁਹਾਡਾ ਮੇਰਾ ਫਾਦਰ ਗਰੀਬ ਨਵਾਜ਼ ਸਰਕਾਰ ਮਿਹਰਬਾਨੀ ਮੇਰੀ ਬਾਤ ਖਾਜਾ ਵੀਰ ਨੇ ਕਰਮ ਕਮਾਇਆ ਪਰ ਕੀ ਮੇਰੀ ਬਾਤ ਖਾਜਾ ਵੀਰ ਨੇ ਕਰਮ
ਮੈਨੂੰ ਦਿਨ ਚਿਸ਼ਤੀ ਸੰਗਲਾ ਸੋ ਮੇਰੀ ਦੋਨੋਂ ਕੋ ਪ੍ਰਕਾਰ ਕੇ ਤਾੜੀ ਦੇ ਨਾਲ ਜਰਾ ਦਿਲ ਨੂੰ ਸੰਗਤ ਬੱਜੀ ਆ ਆਹ
ਚੜਿਆ ਹੋਇਆ ਸੰਗਤ ਦੇ ਵਿੱਚ ਦੋਨਾਂ ਤੋਂ ਉੱਪਰ ਕਰਕੇ ਜੇ ਰੰਗ ਚੜੇ ਹੋਏ ਸਰਕਾਰਾਂ ਨੇ ਫਿਰ ਦੋਨਾਂ ਤੋਂ ਉੱਪਰ ਕਰਕੇ ਤਾੜੀ ਦੇ ਰੰਗ ਫਰਮਾਇਸ਼ਾਂ ਬਹੁਤ ਨੇ ਜੀ, ਸਾਰਿਆਂ ਦੀਆਂ ਪੂਰੀਆਂ ਕਰਾਂਗੇ ਫਰਮਾਇਸ਼ਾਂ। ਇੱਕ ਕਲਾਮ, ਕਿਉਂਕਿ ਮੈਂ ਚਾਹੁੰਦਾ ਮੈਂ ਤੁਹਾਨੂੰ ਆਪਣੇ ਕਲਾਮ ਸੁਣਾਵਾਂ, ਪਰ ਇੱਕ ਫਰਮਾਇਸ਼ ਹੈ ਉਹ ਜ਼ਰੂਰ ਪੂਰੀ ਕਰਦਾ। ਸਾਡੇ ਬਹੁਤ ਸਤਿਕਾਰ ਯੋਗ ਸਾਡੇ ਬਾਬਾ ਜੀ ਮਹਾਨ ਜੀ ਤਸ਼ਰੀਫ ਲੈ ਕੇ ਆਏ ਨੇ, ਵੈਲਕਮ ਜੀ ਜੀ ਆਇਆਂ ਨੂੰ। ਔਰ ਇੱਕ ਫਰਮਾਇਸ਼ ਹੈ ਸਾਡੇ ਵੱਡੇ ਜਨਾਬ ਸਰਦਾਰ ਅਲੀ ਜੀ ਦੀ ਕਲਾਮ, ਉਹਨਾਂ ਦੀ ਫਰਮਾਇਸ਼ ਹੈ ਦੀਵਾਨੇ ਜੋ ਵੀ ਮੰਗਦੇ ਨੇ ਮੇਰੀ ਸਰਕਾਰ ਦੇ ਬੜੇ ਉਹ ਪੂਰੀ ਕਰ ਦੇਣਾ ਜੀ, ਕਿਉਂਕਿ ਵੈਸੇ ਤਾਂ ਮੈਂ ਆਪਣੇ ਕਲਾਮ ਤੁਹਾਨੂੰ ਸੁਣਾ ਕੇ ਰਾਜ਼ੀ ਹਾਂ, ਪਰ ਫਰਮਾਇਸ਼ ਜ਼ਰੂਰ ਹੋਈ।
ਸੀ। 5 ਮਿੰਟ ਬੈਠ ਜਾਓ, ਇਹ ਕਲਾਮ ਸੁਣ ਕੇ ਚਲੇ ਜਾਇਓ, ਕੋਈ ਗੱਲ ਨਹੀਂ। ਮੈਂ ਕਲਾਮ ਵੀ ਉਹਨਾਂ ਦਾ ਪੜ੍ਹ ਰਿਹਾ ਜਿਨ੍ਹਾਂ ਦੀ ਜੱਦ ਚੋਂ ਜੇ ਆਪਣੀ ਜੱਦ ਦੇ ਬਜ਼ੁਰਗਾਂ ਦਾ ਕਲਾਮ ਨਹੀਂ ਸੁਣਿਆ ਤੇ ਫਿਰ ਸੁਣਿਆ ਕੀ? ਕਿਉਂਕਿ ਹਾਜ਼ਰੀ ਤੇ ਤਾਂ ਹੀ ਹੋਣੀ ਹੈ ਨਾ, ਫਕੀਰਾਂ ਦੀ ਵੀ ਹਾਜ਼ਰੀ ਤਾਂ ਹੀ ਹੁੰਦੀ ਹੈ, ਕਵਾਲ ਦੀ ਹਾਜ਼ਰੀ ਵੀ ਤਾਂ ਹੀ ਹੁੰਦੀ ਹੈ। ਲੇਕਿਨ ਅੱਜ ਕੱਲ੍ਹ ਕਵਾਲੀ ਥੋੜ੍ਹੀ ਜਿਹੀ ਢੋਲ ਵਾਲੀ ਹੋ ਗਈ ਹੋ ਗਈ, ਮਾਫ਼ੀ ਚਾਹੁੰਦੇ ਹਾਂ। ਕੀ ਕਰੀ ਛੋਟੀ ਜੀ ਬਾਤ ਯਾਦ ਆ ਗਈ, ਕਿਹਨਾਂ ਦੀ ਹਜ਼ਰਤ ਪੀਰਾਂ ਪੀਰ ਦਸਤਗੀਰ ਗੌਸ ਪਾਕ ਸਰਕਾਰ ਦੀ। ਇੱਕ ਲੜਕੀ ਇੱਕ ਉਹਨਾਂ ਦੀ ਦੋ ਮੁਸਲਮਾਨਾਂ ਦੀ ਲੜਕੀ ਤੇ ਉਹਨਾਂ ਦੀ ਪੰਡਿਤਾਂ ਦੀ ਲੜਕੀ, ਦੋਵਾਂ ਦਾ ਪਿਆਰ ਸੀ ਆਪਸ ਦੇ ਵਿੱਚ। ਹੁਣ ਪੰਡਿਤਾਂ ਦੀ ਲੜਕੀ ਉਹ ਲੜਕੀ ਨੂੰ ਇਬਾਦਤ ਦੇਖਦੇ ਦੇਖਦੇ ਕਰਦੇ ਕਰਦੇ ਆਪ ਵੀ ਇਬਾਦਤ ਕਰਨ ਲੱਗ ਗਈ, ਯਾ ਗੌਸ ਯਾ ਗੌਸ ਯਾ ਗੌਸ ਯਾ ਗੌਸ ਯਾ ਗੌਸ ਯਾ ਗੌਸ ਕਰਨਾ ਸ਼ੁਰੂ ਕਰ ਦਿੱਤਾ ਉਸ ਪੰਡਿਤਾਂ ਦੀ ਲੜਕੀ ਨੇ। ਹੁਣ ਜਿਸ ਵਕਤ ਘਰਦਿਆਂ ਨੇ ਦੇਖਿਆ ਕਿ ਪਤਾ ਨੀ ਕਿਹਨੂੰ ਯਾਦ ਕਰਦੀ ਰਹਿੰਦੀ, ਕਿਹਦਾ ਨਾਂ ਲੈਂਦੀ ਰਹਿੰਦੀ, ਕਿਉਂ ਉਹਨਾਂ ਨੂੰ ਮਾਰ ਦਿੱਤਾ ਜਾਵੇ। ਲੇਕਿਨ ਕੁਛ ਸਿਆਣੇ ਮੋਹਤਰਮ ਬਜ਼ੁਰਗਾਂ ਨੇ ਕਿਹਾ ਕਿ ਨਹੀਂ ਮਾਰਨਾ ਨੀ ਇਹਨੂੰ, ਇਹਦਾ ਵਿਆਹ ਕੀਤਾ ਜਾਵੇ, ਜਿਹਨੂੰ ਉਹ ਪੂਜਣਗੇ ਆਪੇ ਕਰ, ਜੋ ਜਿਹਦਾ ਨਾਂ ਲੈਂਦੀ ਰਹੇਗੀ ਉਹ ਆਪੀ ਨਾਂ ਲੈਂਦੀ। ਵਿਆਹ ਦਾ ਦਿਨ ਰੱਖਤਾ, ਵਿਆਹ ਹੋ ਗਿਆ। ਆਹਾ, ਕਿਉਂਕਿ ਸਰਕਾਰ ਲਵ ਵਿਗਟਸ ਲਵ ਦਿਲਾਂ ਦੇ ਦਿਲ ਵਿੱਚ ਦੀ ਰਾਹ ਹੁੰਦੇ ਨੇ, ਔਰ ਲੜਕੀ ਦੀ ਬਿਰਤੀ ਉਹ ਹੁਣ ਕਹਿੰਦੇ ਨਹੀਂ ਹੋ ਸਕਦਾ ਝੂਠ ਬੋਲਦੀ ਹੈ। ਦੁਬਾਰਾ ਫਿਰ ਦੂਸਰਾ ਦਿਨ ਹੋਇਆ ਠਾਕਰ ਪੂਜਣ ਲਈ, ਹੁਣ ਕੁਛ ਤਮਾਸ਼ਬੀਨ ਵੀ ਨਾਲ ਨਾਲ ਰਲ ਗਏ। ਰਸਤੇ ਦੇ ਵਿੱਚ ਫਿਰ ਪੀਰਨ ਪੀਰ ਦਸਤਗੀਰ ਗੌਸ ਪਾਕ ਸਰਕਾਰ, ਕਿਉਂ ਵੀ ਕੱਲ੍ਹ ਤਾਂ ਪੰਡਿਤਾਂ ਦੀ ਲੜਕੀ ਦਾ ਵਿਆਹ ਸੀਗਾ, ਅੱਜ ਕਿਹਦਾ ਵਿਆਹ? ਕਹਿੰਦੇ ਜੀ ਘਰਦਿਆਂ ਨੂੰ ਯਕੀਨ ਨਹੀਂ ਹੋਇਆ, ਘਰਦਿਆਂ ਨੂੰ ਯਕੀਨ ਨਹੀਂ ਹੋਇਆ, ਕਹਿੰਦੇ ਵੀ ਠਾਕਰ ਨਹੀਂ ਲੱਡੂ ਗਾ ਸਕਦਾ। ਕਹਿੰਦੇ ਅੱਛਾ, ਆਪ ਫਿਰ ਨਾਲ ਤੋਰੋ, ਆਪ ਜਾ ਕੇ ਕਹਿੰਦੇ, ਜਿਸ ਵਕਤ ਲੱਡੂ ਮੂੰਹ ਨੂੰ ਲਾਇਆ, ਆਪ ਜਾ ਕੇ ਕਹਿੰਦੇ ਠਾਕਰ ਜੀ ਲੱਡੂ ਖਾ ਲਓ। ਇੱਕ ਵੀ ਖਾਂਦਾ ਦੋ ਵੀ ਖਾਂਦੇ ਪ੍ਰਾਂਤ ਦੀ ਪ੍ਰਾਂਤ ਖਾ ਕੇ ਯਕੀਨ ਹੋ ਗਿਆ ਕਿ ਕਿਹਨੂੰ ਮੰਨਦੀ ਹੈ, ਕਿ ਯਾ ਗੌਸ ਕਰਦੀ ਹੈ। ਆਪ ਕਹਿੰਦੇ ਨੇ ਜਿਸ ਵਕਤ ਉਹ ਲੜਕੀ ਮੁਸਲਮਾਨਾਂ ਦੀ ਨਾਲ ਸੀ, ਜਿਸ ਵਕਤ ਮੁਸਲਮਾਨਾਂ ਦੀ ਲੜਕੀ ਨਾਲ ਸੀ, ਕਹਿੰਦੇ ਕਿਉਂ ਵੀ ਇਹ ਕੌਣ ਨੇ? ਕਹਿੰਦੀ ਇਹ ਪੀਰਨ ਪੀਰ ਦਸਤਗੀਰ ਗੌਸ ਪਾਕ ਸਰਕਾਰ ਨਾਲ। ਅੱਛਾ, ਉਹ ਲੜਕੀ ਨੇ ਲਾਜ ਰੱਖਣੇ ਨੇ। ਉਹ ਲੜਕੀ ਆਪਣੇ ਜ਼ਬਾਨ ਮੁਬਾਰਕ ਤੇ ਫਰਮਾਉਂਦੀ ਹੈ, ਕੀ ਕਹਿੰਦੀ ਹੈ? ਸਦਕੇ ਨੀ ਸਦਕੇ ਕਾਸ ਦੇ ਆਂਦਾ
ਦੀ ਦੇਖ ਨਸੀਬਾਂ ਦੀ ਬੇਨਤੀ ਕਰੀਏ ਕਿ ਦਰਬਾਰ ਇਹ ਜਿੰਨੇ ਕਾਦਰੀਆਂ ਚਿਸ਼ਤੀਆਂ ਮੇਰੀ ਸਰਕਾਰਾਂ ਨੂੰ ਮੰਨਣ ਵਾਲੇ ਨੇ ਕਾਲੀ 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 ਕਮਲੀ ਵਾਲੀ ਸਰਕਾਰ ਦੇ ਜਿੰਨੇ ਵੀ ਦੀਵਾਨੇ ਬੈਠੇ ਨੇ ਕੀ ਕਹਿਣਾ ਬਾਹੋਂ ਫੜ ਕੇ ਸਾਨੂੰ ਵੀ ਕੰਡੇ ਦਾਦਾ ਜਿਹਨਾਂ ਦੇ ਮੂੰਹ ਚ ਪਕੌੜੇ ਨੇ ਉਹਨਾਂ ਨੂੰ ਵੀ ਮਾਫ ਆ ਬਾਕੀ ਸਾਰੇ ਹੱਥ ਉੱਪਰ ਕਰਕੇ ਸਰਕਾਰਾਂ ਦੇ ਨਾਮ ਦੀ ਤਾੜੀ ਕਰਨ ਜਿੰਨੀ ਸੰਗਤ ਵਿੱਚ ਬੈਠੀ ਕੀ ਕਰ ਮੈਂ ਸਾਈਆਂ ਬਸ
ਕਦੇ ਜਾਊਂਗਾ। ਨਾਮ ਤੇਰੇ ਦੀ ਚੜੀ ਕੁਮਾਰੀ, ਨਾਮ ਤੇਰੇ ਦੀ ਚੜੀ ਕੁਮਾਰੀ, ਨਾਮ ਤੇਰੇ ਦੀ, ਨਾਮ ਤੇਰੇ ਦੀ ਚੜੀ ਕੁਮਾਰੀ, ਇਸ਼ਕ ਤੇਰੇ ਨੇ ਤੁਮਹਾਰੀ, ਨਾਮ ਤੇਰੇ ਦੀ ਚੜੀ ਕੁਮਾਰੀ, ਇਸ਼ਕ ਤੇਰੇ ਨੇ ਤੁਮਹਾਰੀ, ਨਾਮ ਤੇਰੇ ਦੀ ਚੜੀ ਕੁਮਾਰੀ, ਇਸ਼ਕ ਤੇਰੇ ਨੇ ਮੇਰੀ ਹਸਤੀ ਹੋ ਗਈ ਦਾਦੀ, ਮੇਰੀ ਹਸਤੀ ਹੋ ਗਈ ਦਾਦੀ।
ਜ਼ਰੂਰੀ ਹੈ ਅਤੇ ਆਉਣਾ ਵੀ ਜ਼ਰੂਰੀ ਹੈ। ਪਰ ਬੜੀ ਮਿਹਰਬਾਨੀ ਹੈ ਸਾਡੇ ਬਾਬਾ ਜੀ ਵੱਲੋਂ, ਨਵਹਨ ਜੀ ਵੱਲੋਂ, ਔਰ ਉਹਨਾਂ ਦਾ ਸਨਮਾਨ। ਮਜ਼ਾ ਨਹੀਂ ਆਉਂਦਾ ਤਾਂ ਆਰੀਆ ਦੀ ਆਦੀ ਆ
ਨਾਚਾਂ ਵਾਲਿਆ ਨਾਚਾਂ ਵਾਲਿਆ ਬੇੜੀ ਨੂੰ ਬੰਨੇ ਲਾ ਜਾ ਜੋ ਕੋਈ ਮਸਲਾ ਆਣ ਜਾਂਦਾ ਜੀ ਦਾ ਹਾਜ਼ਰ ਪੀਰਨ ਪੀਰ ਦੱਸ ਕੇ ਗੌਸ ਪਾਕ ਸਰਕਾਰ ਦੇ ਦਰਬਾਰ ਤੇ ਜਾ ਕੇ ਮਸਲਾ ਹੱਲ ਹੋਇਆ ਕਰਦਾ ਸੀ। ਐਵੇਂ ਨਹੀਂ ਕਿਹਾ ਪੀਰਾਂ ਦੇ ਵਿੱਚ, ਕਿਉਂਕਿ ਕਦਮ ਗੌਸ ਦਾ ਕੰਦੇ ਪੁੱਤ ਆਉਣੀ ਤੇ ਕਦਮ ਗੌਸ ਦਾ ਕੰਦੇ ਪੁੱਤ ਆਉਣੀ ਸਤਿ ਜਾਵਾਂ ਮੈਂ ਗਿਆ ਰਵੀ ਬਾਜੜੇ ਤੋਂ ਸਤਿ ਜਾਵਾਂ ਮੈਂ ਗਿਆ ਰਵੀ ਬਾਜੜੇ ਤੋਂ।
ਸਾਡੀ ਗੱਲ ਬਣ ਗਈ
ਪੀਰ ਤੋਂ ਮੰਗਣਾ ਸਾਡੀ ਗੱਲ ਬਣ ਗਈ। ਉਹਦੇ ਰੰਗ ਵਿੱਚ ਤਨ ਮਨ ਰੰਗਣਾ ਸਾਡੀ ਕਟੋਣਾ ਜਿਹਾ ਰੱਖੀ।
Come on.
ਆਪ ਦੇ ਕੋਲ ਚਲਾ ਗਿਆ ਆਪ ਦਾ ਮੁਰੀਦ ਆ ਕੇ ਕਹਿਣ ਲੱਗਿਆ ਕਿ ਸਰਕਾਰ ਇਸ ਵਾਰੀ 11ਵੀਂ ਸ਼ਰੀਫ ਦਾ ਖਤਮ ਸ਼ਰੀਫ ਮੇਰੇ ਘਰ ਪੜਿਆ ਜਾਵੇ। ਆਹਾ, ਇਸ ਵਾਰੀ 11ਵੀਂ ਸ਼ਰੀਫ ਦਾ ਖਤਮ ਸ਼ਰੀਫ ਮੇਰੇ ਘਰ ਪੜਿਆ ਜਾਵੇ। ਆਪ ਸਰਕਾਰ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਭਾਈ, ਜਦ 11ਵੀਂ ਆਈ ਅਸੀਂ ਤੇਰੇ ਘਰ ਆਵਾਂਗੇ, ਖਤਮ ਸ਼ਰੀਫ ਪੜ੍ਹਦਾ। ਦਿਨ ਆਉਂਦਾ 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 11ਵੀਂ ਸ਼ਰੀਫ ਦਾ ਦਿਨ ਆ ਗਿਆ। ਆਪ ਸਰਕਾਰ ਨੇ ਸਮਾਨ ਕੁਛ ਲੈਚੀ ਦਾਣਾ, ਕੁਛ ਫਲ ਫਰੂਟ, ਕੁਛ ਸਮਾਨ ਲਿਖਾਤਾ ਕਿ ਜਾਵੇ ਇਹ ਬਾਜ਼ਾਰ ਚੋਂ ਮਰੀਦ ਨੂੰ ਕਿਹਾ ਕਿ ਜਾ ਕੇ ਫੜ ਲਿਆ। ਬਾਬਾ ਜੀ ਥੋੜ੍ਹੀ ਜਿਹੀ ਤਵੱਜੋ ਚਾਹੁੰਦਾ, ਕਿਉਂਕਿ ਇਹ ਗੱਲ ਇਬਾਦਤ ਦੀ ਹੈ, ਇਹ ਰਾਤ ਦੀ ਇਬਾਦਤ ਦੀ ਹੈ, ਇਹ ਮੇਲਾ ਇਬਾਦਤ ਹੈ, ਅਤੇ ਇਬਾਦਤ ਨਾਲ ਹੀ ਨਿਬੜੇ ਅਤੇ ਮਜ਼ਾ ਆਉਂਦਾ। ਸਾਨੂੰ ਵੀ ਮਜ਼ਾ ਆਊ, ਤੁਹਾਨੂੰ ਵੀ ਮਜ਼ਾ ਆਊ, ਕਿਉਂਕਿ ਮੈਂ ਇਬਾਦਤ ਨੂੰ ਕੋਈ ਇਸ ਫਨ ਨੂੰ ਕਰਦਾ ਸਕਾਂ। ਹੁਣ 11ਵੀਂ ਦਾ ਦਿਨ ਆ ਗਿਆ, ਉਹ ਮਰੀਦ ਨੂੰ ਸਮਾਨ ਲਿਖਾ ਤਾ ਕਿ ਜਾ ਵੀ ਲੈਚੀ ਦਾਣਾ ਫਲ ਫਰੂਟ ਜੋ ਵੀ ਹੈ ਸਮਾਨ ਲੈ ਆ। ਆਪ ਸਰਕਾਰ ਨੇ ਸਮਾਨ ਲਿਖਾ ਕੇ ਜਿਸ ਵਕਤ ਤੋਰੇ, ਮਰੀਦ ਨੂੰ ਤੋਰਿਆ, ਬਾਜ਼ਾਰ ਦੇ ਵਿੱਚ ਸਮਾਨ ਇਕੱਠਾ ਕੀਤਾ, ਜਿਸ ਵਕਤ ਵਾਪਸੀ ਤੇ ਆ ਰਹੇ ਨੇ, ਕੀ ਦੇਖਦੇ ਨੇ ਇੱਕ ਔਰਤ ਭੱਜੀ ਆ ਰਹੀ ਆ, ਭੱਜੀ ਆਉਂਦੀ ਆਉਂਦੀ ਉਸ ਫਕੀਰ ਨਾਲ ਖਹਿ ਗਈ, ਉਸ ਮੁਰੀਦ ਨਾਲ ਖਹਿ ਗਈ। ਮੁਰੀਦ ਨਾਲ ਕਹਿਣ ਨਾਲ ਉਹ ਭੱਜੀ ਆ ਰਹੀ ਆ, ਰੋਂਦੀ ਆ, ਕਰਵਾਉਂਦੀ ਆ, ਉਹਨੇ ਬਾਹਾਂ ਤੋਂ ਫੜ ਲਈ। ਕਹਿੰਦੇ ਮਾਈ ਐਸੀ ਕਿਹੜੀ ਪੀੜੀ ਪੈ ਗਈ ਜਿਹੜੀ ਤੂੰ ਇੰਨਾ ਰੋਂਦੀ ਆ, ਕਰਵਾਉਂਦੀ ਆ, ਭੱਜੀ ਆ ਰਹੀ ਆ। ਉਹ ਮਾਈ ਕਹਿਣ ਲੱਗੀ, ਬਾਬਾ ਜੀ ਹਾਂਜੀ ਮੈਨੂੰ ਵੀ ਦੱਸ ਦਿਓ ਜੇ ਕੋਈ ਬੋਲਦਾ ਸਕਦਾ, ਬੜੀ ਮਿਹਰਬਾਨੀ, ਥੋੜ੍ਹੀ ਜਿਹੀ ਤਵੱਜੋ ਪਲੀਜ਼। ਉਹ ਮਾਈ ਕਹਿਣ ਲੱਗੀ ਕਿ ਵੀਰਾ ਭਾਈ ਮੇਰੀ ਬਿਪਤਾ ਨਾ ਪੁੱਛ, ਮੇਰੀ ਬਿਪਤਾ ਨਾ ਪੁੱਛ, ਮੈਂ ਮਰਨ ਚੱਲੀ ਹਾਂ, ਮੈਨੂੰ ਸਹੁਰਾ ਪਰਿਵਾਰ ਇੰਨਾ ਤੰਗ ਕਰਦਾ, ਕੁੱਟਦੇ ਨੇ, ਮਾਰਦੇ ਨੇ, ਮੇਰੇ ਪੰਜ ਕੁੜੀਆਂ ਨੇ, ਮੈਨੂੰ ਹੁਣ ਤੇ ਹੱਦ ਹੋ ਗਈ, ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ, ਤੇ ਮੈਨੂੰ ਕਹਿੰਦੇ ਨੇ ਲਾਣ ਤਾਂ ਤੇਰੇ ਤੇ, ਸਾਨੂੰ ਦਰਬਾਰ ਸਪੈਲਾ ਕਰ ਕੇ ਦੇ ਸੀ, ਲਾਣ ਤਾਂ ਤੇਰੇ ਤੇ, ਸਾਨੂੰ ਇੱਕ ਵਾਰਸ ਪੈਦਾ ਨਹੀਂ ਕਰਕੇ ਦੇ ਸਕੀ। ਜਦੋਂ ਇੰਨੀ ਗੱਲ ਸੁਣੀ ਮਾਂ ਬਾਂਹ ਤੋਂ ਫੜੀ ਹੋਈ ਹੈ ਉਸ ਮਰੀਦ ਨੇ, ਔਰ ਕਿ ਮਾਈ ਕਿ ਮਾਈ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ, ਮੇਰੇ ਘਰ ਪੀਰਾਂ ਨੇ ਪੀਰ ਦਸਤਗੀਰ ਗੌਸ ਪਾਕ ਸਰਕਾਰ ਆਏ ਹੋਏ ਨੇ, ਤੇਰੀ ਅਰਜ਼ ਉੱਥੇ ਸੁਣਾਉਂਦੇ ਆ ਚੱਲ ਕੇ, ਜਿਹਨਾਂ ਨੇ 12-12 ਸਾਲ ਦੀਆਂ ਡੁੱਬੀਆਂ ਬੇੜੀਆਂ ਤਾਰ ਕੇ, ਇੱਕ ਤੇਰੀ ਫਰਿਆਦ ਨੇ ਸੁਣ ਲਿਆ, ਇੱਕ ਦਿਲ ਦੇ ਵਿੱਚ ਇੱਕ ਆਸ ਲੈ ਕੇ ਉਹ ਮਾਈ ਉਸ ਮੁਰੀਦ ਦੇ ਨਾਲ ਹੋ ਤੁਰੀ, ਉਸ ਮੁਰੀਦ ਦੇ ਨਾਲ ਹੋ ਤੁਰੀ। ਜਦੋਂ ਮੁਰੀਦ ਕੋਲ ਗਏ, ਆਪਨੇ ਖਤਮ ਸ਼ਰੀਫ ਰੱਖਿਆ, ਸਮਾਨ ਰੱਖਿਆ, ਖਤਮ ਸ਼ਰੀਫ ਪੜ੍ਹਿਆ, ਪੜ੍ਹਨ ਤੋਂ ਬਾਅਦ ਸਰਕਾਰ ਮੁਰੇ ਅਰਜ਼ ਕਰਦੀ ਕਿ ਸਰਕਾਰ ਇਸ ਮਾਈ ਦੀ ਬਿਪਤਾ ਸੁਣੀ ਜਾਵੇ, ਇਹ ਬੜੀ ਦੁਖੀ ਹੈ। ਅੱਛਾ ਕਿ ਦੱਸ ਮਾਈ ਕਿ ਸਰਕਾਰ ਮੇਰੇ ਪੰਜ ਕੁੜੀਆਂ ਨੇ, ਮੇਰੇ ਕੋਈ ਔਲਾਦ, ਮੇਰੇ ਕੋਈ ਬੇਟਾ ਨਹੀਂ ਹੈ, ਸਹੁਰਾ ਪਰਿਵਾਰ ਮੈਨੂੰ ਤੰਗ ਕਰਦਾ ਹੈ, ਅੱਜ ਤੇ ਹੱਦ ਹੀ ਹੋ ਗਈ, ਕੁੱਟ ਕੇ ਮਾਰ ਕੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ, ਕਹਿੰਦੇ ਲਾਣ ਤਾਂ ਤੇਰੇ ਤੇ ਇੱਕ ਵਾਰਸ ਪੈਦਾ ਨਹੀਂ ਕਰਕੇ ਦੇ ਸਕੀ, ਹੁਣ ਤੇ ਮੈਂ ਮਰਨ ਚੱਲੀ ਹਾਂ, ਤੇ ਮਰਨ ਜਾ ਰਹੀ ਸੀ,
ਪਰ ਰਸਤੇ 'ਚ ਇਹ ਭਾਈ ਮਿਲ ਗਿਆ ਮੈਨੂੰ, ਇਹ ਕਹਿੰਦਾ ਮੇਰੇ ਘਰ ਵੀ ਰਣਵੀਰ ਦਸਤਗੀਰ ਗੌਸ ਪਾਕ ਸਰਕਾਰ ਹੋਏ ਨੇ, ਚੱਲ ਤੇਰੀ ਫਰਿਆਦ ਉੱਥੇ ਸੁਣਾ। ਅੱਛਾ ਆਪ ਤੈਸ਼ ਆ ਗਏ, ਗੁੱਸੇ 'ਚ ਆ ਗਏ, ਆਪ ਆ ਕੇ ਕਹਿੰਦੇ ਨੇ, ਕਹਿੰਦੇ ਮਾਈ ਤੇਰੇ ਬੱਚਾ ਹੋ ਜੂ ਜਾ, ਤੈਨੂੰ ਕਹਿਤਾ। ਉਹ ਮਾਈ ਜਦੋਂ ਇੰਨੀ ਗੱਲ ਸੁਣ ਕੇ ਜਾਣ ਲੱਗੀ, ਫਿਰ ਵਾਪਸ ਹੋ ਗਈ ਕਿ ਮਾਂ ਬਾਬਾ ਜੀ ਕਦ ਸਾਲ ਹੋਇਆ, ਕਦ ਬੱਚਾ ਹੋਇਆ, ਮਰਨ ਤਾਂ ਮੈਂ ਅੱਜ ਚੱਲੀ ਹਾਂ, ਮੇਰਾ ਅੱਜ ਹੀ ਦਾ ਕਰ। ਮਰਨ ਤਾਂ ਮੈਂ ਅੱਜ ਜਾ ਰਹੀ ਹਾਂ, ਕਦ ਸਾਲ ਹੋਇਆ, ਕਦ ਮੇਰੇ ਬੱਚਾ ਪੈਦਾ ਹੋਇਆ, ਕਦ ਮੈਨੂੰ ਕਰਦੇ ਸਮਝਣਗੇ, ਮਰਨ ਤਾਂ ਮੈਂ ਅੱਜ ਚੱਲੀ ਹਾਂ, ਘਰੋਂ ਤਾਂ ਮੈਨੂੰ ਅੱਜ ਕੱਢ ਦਿੱਤਾ ਸਰਕਾਰ, ਮੇਰਾ ਅੱਜ ਹੀ ਦਾ ਕਰ। ਸਰਕਾਰ ਮੇਰਾ ਦਿਲ ਰੱਖਣ ਦੇ ਮਾਰੇ ਗੱਲ ਕਰ ਰਹੇ। ਅੱਛਾ ਆ ਫੇਰ ਦਸ ਜਾ ਕੇ ਗੁੱਸੇ ਜਾ ਕੇ ਆ ਕੇ ਕਹਿੰਦੇ ਨੇ, ਕਹਿੰਦੇ ਜਾ ਮਾਈ ਜਾ ਕੇ ਦੇਖ ਲੈ ਘਰੇ ਤੇਰੇ ਪੰਜੇ ਕੁੜੀਆਂ ਦੇ ਪੰਜੇ ਮੁੰਡੇ ਬਣੇ ਪਏ। ਜਿਸ ਵਕਤ ਇੰਨੀ ਗੱਲ ਸੁਣੀ ਉੱਠ ਕੇ ਤੁਰ ਪਈ ਮਾਈ, ਗਲੀ ਦੇ ਵਿੱਚ ਜਿਉਂ ਜਿਉਂ ਜਾ ਰਹੀ ਹੈ, ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ, ਘਰ ਦੇ ਆ ਕੇ ਕਹਿ ਰਹੇ ਨੇ ਕਿਹਨੂੰ ਮਨਾਇਆ ਆਈ ਹੈ, ਕਿਹੜਾ ਪੀਰ ਮਨਾਇਆ ਆਈ ਹੈ, ਕਿਹੜਾ ਰੁਸਣਿਆ ਪੀਰ ਮਨਾਇਆ ਆਈ ਹੈ। ਉਹ ਕਹਿੰਦੀ ਮੈਂ ਕਿਹਨੂੰ ਮਨਾਉਣਾ ਦੀ, ਮੈਂ ਤਾਂ ਪੀਰਾਂ ਨੂੰ ਪੀਰ ਦੱਸਦੀ ਗੌਸ ਪਾਕ ਸਰਕਾਰ ਨੂੰ, ਜਿਹਨਾਂ ਨੇ ਬਾਰਾਂ ਬਾਰਾਂ ਸਾਲ ਦੇ ਡੁੱਬੇ ਵੇੜੇ ਤਾਰ ਦਿੱਤੇ, ਜਿਹਨਾਂ ਨੇ ਜ਼ਿੰਦਾ ਪੀਰ ਜ਼ਿੰਦਾ ਨੂੰ ਮੁਰਦਿਆਂ ਨੂੰ ਜ਼ਿੰਦਾ ਕਰ ਦਿੱਤਾ, ਔਰ ਨਾਰਾ ਮਾਰ ਕੇ ਮਾਈ ਗਲੀ ਦੇ ਵਿੱਚ ਲੋਕਾਂ ਨੂੰ ਦੱਸਦੀ ਫਿਰਦੀ ਆ ਕੀ ਕਹਿੰਦੀ ਆ, ਉਹ ਕਦੇ ਨਾ ਡੁੱਬਦੇ ਨੇ ਜਿਹੜੇ ਕੌਸ ਪਾਕ ਨੇ ਤਾਰੇ, ਜਿਹੜੇ ਕੌਸ ਪਾਕ
ਫਕਰਾਰ ਆ ਔਰ ਸਾਡੇ ਬੀਬੀ ਜੀ ਬੀਬੀ ਕ੍ਰਿਸ਼ਨਾ ਜੀ ਔਰ ਉਹਨਾਂ ਦੇ ਨਾਲ ਸਾਡੇ ਫਕਰਾਰ ਆ ਜਿਹਨਾਂ ਜਿਹਨਾਂ ਦਾ ਨਾਮ ਸੇ ਨਾਸ਼ਨਾ ਹੂੰ ਮਾਫੀ ਚਾਹਤਾ ਹੂੰ ਜ਼ੂਮ ਜਿੱਥੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਬੈਠ ਜਾਓ ਬੜੀ ਮਿਹਰਬਾਨੀ ਤੀਰ ਬਦਲਣੇ ਵਾਲੇ ਦਾ ਵਿੱਚ ਬਦਲਣ ਵਾਲੇ ਦਾ ਹੈ ਵਿੱਚ ਬਦਲ
ਦਸਤੇ ਸਰਾਏ ਕਲੀਆਂ ਦਸਤੇ ਦਸਤੇ ਸਰਾਏ ਕਲੀਆਂ ਜਿਸਨੇ ਇਲਮ ਬਣਾਇਆ ਮਸਜਿਦ ਨੇ ਕਿਆ ਸਜਦਾ ਸਾਫਿਰ ਤੇਰੀ ਇਬਾਦਤ ਸਾਰੇ ਕਰਦੇ ਨੇ, ਇਬਾਦਤ ਸਾਰੇ ਕਰਦੇ ਨੇ, ਲੇਕਿਨ ਵਿਕਾਸ ਭਾਈ ਇਸ਼ਕ ਕੋਈ ਕੋਈ ਕਰੇ। ਆਪਨੇ ਇਸ਼ਕ ਵੀ ਕੀਤਾ ਨਾ ਸਾਫਿਰ ਪਾਪ ਤੋਂ ਸਦਕੇ ਜਾਵਾਂ ਹੱਕ ਸੱਚ ਉੱਤੇ ਡੇਰਾ ਲਾਉਣ ਵਾਲਾ ਆਪਣੀ ਉਂਗਲੀ ਉੱਤੇ ਸ਼ਮਾ ਜਗਾਉਣ ਵਾਲਾ ਆਪਣੀ ਉਂਗਲੀ ਉੱਤੇ ਸ਼ਮਾ ਜਗਾਉਣ ਵਾਲਾ ਆਪਣੀ ਆਪਣੀ ਸ਼ਮਾ ਜਗਾ
ਡੇਰਾ ਕਲੀਅਰ ਦੇ ਵਿੱਚ, ਡੇਰਾ ਕਲੀਅਰ ਸ਼ਰੀਫ ਦੇ ਵਿੱਚ ਲਾ ਕੇ ਸਖਤ ਜੰਗਲ ਨੂੰ ਸਵਰਗ ਬਣਾਉਣ ਵਾਲਾ। ਕਿਉਂਕਿ ਜਿਸ ਵਕਤ ਆਪ ਸਰਕਾਰ ਉੱਥੇ ਗਏ, ਆਪ ਨੂੰ ਵਿਲਾਇਤ ਹੋਈ ਕਲੀਅਰ ਸ਼ਰੀਫ ਦੀ, ਆਪ ਨੂੰ ਕਿਹਾ, ਆਪ ਨੇ ਲੋਕਾਂ ਨੂੰ ਕਿਹਾ ਕਿ ਮੈਨੂੰ ਮੰਨੋ, ਮੈਂ ਤੁਹਾਡਾ ਪੀਰ ਹਾਂ। ਕੌਣ ਕਹਿ ਸਕਦਾ, ਕਿਉਂਕਿ ਜਿਹਨੂੰ ਆਪਣੀ ਇਬਾਦਤ ਤੇ ਭਰੋਸਾ ਹੋਵੇ ਉਹ ਕਹਿ ਸਕਦਾ ਕਿ ਮੈਂ ਤੁਹਾਡਾ ਪੀਰ ਹਾਂ, ਮੈਨੂੰ ਇੱਥੇ ਦੀ ਵਿਲਾਇਤ ਮਿਲੀ ਹੈ, ਮੈਨੂੰ ਮੰਨਿਆ ਜਾਏ। ਲੇਕਿਨ ਵਕਤ ਦੇ ਹਾਕਮਾਂ ਨੇ, ਵਕਤ ਦੇ ਰਾਜਿਆਂ ਨੇ ਇਹ ਗੱਲ ਮਨਜ਼ੂਰ ਨਾ ਕੀਤੀ। ਆਪ ਸਰਕਾਰ ਨੂੰ ਮੰਨਣਾ ਬੰਦ ਕਰਤਾ, ਆਪ ਨੇ ਦੁਬਾਰਾ ਕਲੀਅਰ ਸਾਰਾ ਤਹਿਸ ਨਹਿਸ ਕਰਕੇ ਦੁਬਾਰਾ ਵਸਾਇਆ। ਐਵੇਂ ਨਹੀਂ ਕਿਹਾ ਕਿ ਬਾਦਸ਼ਾਹੀ ਕਲੀਅਰ ਦੀ, ਬਾਦਸ਼ਾਹ ਐਵੇਂ ਨਹੀਂ ਕਿਸੇ ਨੂੰ ਕਿਹਾ ਜਾਂਦਾ। ਬਾਦਸ਼ਾਹੀ ਉਸੇ ਨੂੰ ਕਿਹਾ ਜਾਂਦਾ, ਬਾਦਸ਼ਾਹ ਉਸੇ ਨੂੰ ਕਿਹਾ ਜਾਂਦਾ ਜਿਹੜਾ ਆਪਣੀ ਸਲਤਨਤ ਅਖਤਿਆਰ ਕਰੇ। ਤਾਂ ਹੀ ਕਹਿੰਦੀ ਸਾਬਰ ਪੀਆ ਨੇ ਫੈਸਲੇ, ਸਾਬਰ ਪੀਆ ਨੇ ਫੈਸਲੇ, ਸਾਬਰ ਪੀਆ ਨੇ ਫੈਸਲੇ, ਉਹ ਸਾਬਰ ਪੀਆ ਨੇ ਫੈਸਲੇ, ਕਹਿਆ ਬਹਾਦਰੇ ਸਾਬਰ ਪੀਆ ਨੇ ਫੈਸਲੇ, ਕਹਿਆ ਬਹਾਦਰੇ ਉਹ ਸਾਬਰ ਪੀਆ ਨੇ ਆਹ
ਪਕੌੜੇ ਵਾਲੇ ਆਹ ਪ੍ਰਾਮ ਤੋਂ ਬਾਅਦ ਲੈ ਕੇ ਆਏ ਪਾਰਕ ਪ੍ਰਾਮ ਚੱਲ ਰਿਹਾ ਸਾਬਰ ਪਾਰਕ ਸਰਕਾਰ ਦਾ, ਤੁਸੀਂ ਬਾਅਦ ਚ ਕਰ ਲਿਓ ਪਲੀਜ਼ ਥੋੜਾ ਜਿਹਾ ਪਾਣੀ ਮੇਰਾ ਗੁਸਤਾਖੀ। ਸਾਨੂੰ
ਹੈ ਚਾਬੀ ਚਾਬੀ ਖੋ ਗਈ ਸਕੂਟੀ ਦੀ ਆ ਕੇ ਇੱਥੇ ਸਟੇਜ ਕੋਲੋਂ ਲੈ ਜਾ ਰਹੀ ਕਿਸੇ ਦੀ ਵੀ ਚਾਬੀ ਖੋ ਗਈ ਹੋਵੇ ਸਕੂਟੀ ਦੀ ਕਹਿੰਦੇ ਭਾਜੀ ਖੜੇ ਗੋਰੇ ਚਿੱਟੇ ਇਹਨਾਂ ਕੋਲੋਂ ਲੈ ਜਾਓ ਆ ਕੇ ਮੈਨੂੰ ਮਿਲਿਆ ਮੈਂ ਦੁਨੀਆ ਤੋਂ ਰਿੱਕੀ